ਚੰਡੀਗੜ੍ਹ ਨਗਰ ਨਿਗਮ ਦੇ ਵਿੱਚ ਇੱਕ ਵਾਰ ਫਿਰ ਤੋਂ ਹੰਗਾਮਾ ਹੋਇਆ। ਇਹ ਇਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ, ਕਨਵਰ ਰਾਣਾ ਤੇ ਮਨੋਜ ਸੋਨਕਰ ਨੂੰ ਬਾਹਰ ਕੱਢਿਆ ਗਿਆ। ਕਨੋਜੀ, ਤੁਸੀਂ ਕਿਹਾ ਵੀ ਤੁਹਾਡੀ ਇਹ ਜਿਹੀ ਕਾਰਵਾਈ ਤੁਹਾਡੀ ਜੁੱਤੀ ਤੇ। ਦੇਖੋ ਜੀ, ਆਮ ਬੰਦਿਆਂ ਦੀ ਆਵਾਜ਼ ਨੂੰ, ਪਾਰਸ਼ਦਾਂ ਦੀ ਆਵਾਜ਼ ਨੂੰ ਚੱਕਣ ਨਹੀਂ ਦਿਆ ਜਾ ਰਿਹਾ। ਪਿਛਲੀ ਵਾਰ ਸਾਡੇ ਏਜੰਡਿਆਂ ਤੋਂ ਸਾਨੂੰ ਰੋਕਿਆ ਜਾ ਰਿਹਾ, ਅਸੀਂ ਆਪਣੇ ਏਜੰਡੇ ਤੇ ਗੱਲ ਨਹੀਂ ਰੱਖ ਪਾ ਰਹੇ, ਤੇ ਇਹ ਕੀ ਡਰਾਬ ਹੈ? ਅਸੀਂ ਮਾਰਸ਼ਲ ਬੁਲਾ ਕੇ ਬਾਹਰ ਕੱਢ ਦਾਂਗੇ, ਤੇ ਮੈਂ ਇਸ ਗੱਲ ਤੇ ਗਿਆ ਕਿ ਇਹ ਜੀ ਕਾਰਵਾਈ ਮੇਰੀ ਜੁੱਤੀ ਤੇ। ਪਰ ਉਹ ਸਾਫ ਤੌਰ ਤੇ ਕਹਿੰਦੇ ਨੇ, ਕਹਿੰਦੇ ਰੋਂਦੂ ਮੇਅਰ, ਕਿਹਾ ਤੁਸੀਂ ਸ਼ਾਹ ਰੋਂਦੂ ਮੇਅਰ ਅਸੀਂ ਨਹੀਂ ਜੀ, ਕੱਲ ਦੇਖਿਆ ਤੁਸੀਂ ਪ੍ਰੈਸ ਕਾਨਫਰੰਸ ਹੋਈ ਹੈ, ਉੱਥੇ ਸਭ ਨੇ ਕਿਰਨ ਖੇਰਨੇ ਤੁਸੀਂ ਰੋਂਦੂ ਮੇਅਰ ਕਿਹਾ ਇਸ ਨੂੰ ਲੈ ਕੇ ਜਿਹੜਾ ਹੈਗਾ। ਰੋਂਦੂ ਮੇਅਰ ਹੈ ਹੀ ਹੈ ਜੀ, ਸਾਰੀ ਜਗ੍ਹਾ ਜਦੋਂ ਮੇਅਰ ਰੋਂਦਾ ਜੀ ਮੈਨੂੰ ਇਹ ਨਹੀਂ ਮਿਲਿਆ। ਅੱਜ ਮੈਨੂੰ ਇੱਕ ਗੱਲ ਦੱਸੋ, ਤੁਸੀਂ ਸਰ ਸਭ ਪੁਰਾਣੇ ਲੋਕ ਹੋ, ਅੱਜ ਏਜੰਡੇ ਦੀ ਲੱਗੀ ਹੈ ਚਾਰ ਪੰਜ ਏਜੰਡੇ ਆਏ ਤਿੰਨ ਤਿੰਨ ਲਾਈਨਾਂ ਦੇ, ਉਸ ਤੋਂ ਬਾਅਦ ਕਿਹਨੇ ਡਿਸਕਸ਼ਨ ਹੋਣੀ ਹੈ? ਸਾਨੂੰ ਇਹੀ ਨਹੀਂ ਪਤਾ ਡਿਸਕਸ਼ਨ ਕਿਸ ਚੀਜ਼ ਤੇ ਹੋਣੀ ਹੈ। ਸਾਡੇ ਕੋਲ ਕੋਈ ਕਾਪੀ ਨਹੀਂ, ਪੇਜ ਨਹੀਂ, ਕੁਛ ਤਾਂ ਦਿਓ ਭਾਜੀ, ਡਿਸਕਸ਼ਨ ਕਾਹਦੇ ਤੇ ਕਰੀਏ? ਭਾਜੀ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਕੋਈ ਵੀ ਏਜੰਡਾ ਹੋਵੇ, ਕੋਈ ਵੀ ਡਿਵੈਲਪਮੈਂਟ ਦਾ ਕੰਮ ਹੋਵੇ, ਬੀਜੇਪੀ ਦਾ ਹੁਣ ਕੰਮ ਹੋ ਗਿਆ, ਕੋਈ ਕੰਮ ਨਹੀਂ ਕਰਨ ਦਿੰਦੀ। ਭਾਜੀ ਤੁਸੀਂ ਦੱਸੋ ਨਾ ਕਿਹੜਾ ਕੰਮ ਕਰ ਪਾਈ ਆਮ ਆਦਮੀ, ਜਿਹੜਾ ਝੂਠਾ ਲਾਰਾ ਲੋਕਾਂ ਨੂੰ ਲਾਇਆ ਸੀ ਗਵਰਨਰ ਸਾਹਿਬ ਨੇ ਕਲੀਅਰ ਕਰਤਾ। ਅਸੀਂ ਉਦੋਂ ਵੀ ਕਿਹਾ ਸੀ ਕਿ ਫਾਈਨੈਂਸ਼ੀਅਲ ਦੇਖ ਲਓ, ਸਾਡਾ ਬਾਹਰ ਕੱਢ, ਸਾਡੇ ਪਾਰਸ਼ਦਾਂ ਨੇ ਕਿਹਾ ਕਿ ਫਾਈਨੈਂਸ਼ੀਅਲ ਸਥਿਤੀ ਦੇਖੋ, ਕਿਆ ਤੁਸੀਂ ਕਰ ਸਕਦੇ ਹੋ? ਨਹੀਂ ਕਰ ਸਕਦੇ। ਸਾਨੂੰ ਤਾਂ ਪਤਾ ਸੀ 100-150 ਕਰੋੜ ਦੇ ਘੱਟ 'ਚ ਪਹਿਲਾਂ ਕਾਰਪੋਰੇਸ਼ਨ ਚੱਲ ਰਹੀ ਹੈ ਪਾਣੀ ਦੇ ਇਸ਼ੂ ਦੇ, ਔਰ ਗਵਰਨਰ ਸਾਹਿਬ ਨੇ ਕੱਲ ਬਿਲਕੁਲ ਕਲੀਅਰ ਕਰਤਾ। ਇਹਨਾਂ ਦੇ ਮੂੰਹ ਤੇ ਜੋ ਤਮਾਚਾ ਮਾਰਿਆ ਹੈ ਨਾ ਆਮ ਆਦਮੀ ਤੇ ਕਾਂਗਰਸ ਦੇ, ਸਾਰੀ ਜ਼ਿੰਦਗੀ ਯਾਦ ਰੱਖਣ। ਪਰ ਇਹ ਸਪਸ਼ਟ ਰੂਪ 'ਚ ਇਹ ਨਹੀਂ ਲੱਗਦਾ, ਕਿਉਂਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਇਹ ਗੱਲ ਕਹਿੰਦੇ ਨੇ, ਕਹਿੰਦੇ ਵੀ ਜਾਣ ਬੁੱਝ ਕੇ ਹੁਣ ਮੇਅਰ ਬਣਿਆ ਨਹੀਂ ਹੈਗਾ, ਇਸ ਕਰਕੇ ਸਾਨੂੰ ਦੇਖੋ ਕਾਂਗਰਸ ਨੇ ਆਪਣਾ ਦੀਨ ਮਾਨ ਇਮਾਨ ਸਭ ਕੁਝ ਵੇਚਦਿਆ। ਇਹ ਤਾਂ ਆਪ ਜਾ ਕੇ ਆਮ ਆਦਮੀ ਪਾਰਟੀ ਦੇ ਦਫ਼ਤਰ 'ਚ ਜਾ ਕੇ ਪ੍ਰੈਸ ਕਾਨਫਰੰਸ ਕਰਦੇ ਆ, ਲੱਕੀ ਜੀ ਦਾ ਇਹ ਹਾਲ ਹੋ ਗਿਆ। ਇਹ ਤਾਂ ਕਿਤੇ ਮੀਟਿੰਗ ਵੀ ਨਹੀਂ ਕਰਦਾ, ਮੈਂ ਤਾਂ ਕਹਿੰਦਾ ਨਾ ਦਮ ਹੈ ਤੇ ਆਮ ਆਦਮੀ ਵਾਲੇ ਨੂੰ ਕਿਤੇ ਆਪਣੇ ਕਾਂਗਰਸ ਵਾਲੇ ਦਫ਼ਤਰ 'ਚ ਵੀ ਬੁਲਾ ਲਿਓ ਇੱਕ ਵਾਰ, ਕਿ ਬਿਲਕੁਲ ਵੇਚ ਹੀ ਦਿੱਤਾ ਕਾਂਗਰਸ ਨੂੰ ਆਮ ਆਦਮੀ ਪਾਰਟੀ ਦੇ ਪੈਰਾਂ 'ਚ। ਅੱਜ ਦੀ ਮੀਟਿੰਗ ਨੂੰ ਲੈ ਕੇ ਜਿਹੜਾ ਟਾਈਮ ਇਸ਼ੂ ਹੈ, ਟਾਈਮ ਇਸ਼ੂ ਤੇ ਸਾਡੀ ਗੱਲ ਸੀ ਕਿ 24 ਘੰਟੇ ਵੀ ਹਲੇ ਜਿਹੜੇ ਹੈ ਸਾਨੂੰ ਜਿਹੜਾ ਕਾਗਜ਼ ਹੈ ਬਹੁਤ ਲੇਟ ਮਿਲਿਆ, 24 ਘੰਟੇ ਵੀ ਉਸ 'ਚ ਟਾਈਮ ਨਹੀਂ ਸੀ। ਅਸੀਂ ਉਸ ਤੇ ਸਾਡੇ ਮਿਸ਼ਨ ਸਿੱਧੂ ਜੀ ਨੇ ਗੱਲ ਰੱਖੀ ਸੀ ਕਿ ਇਹ ਮੀਟਿੰਗ ਜਿਹੜੀ ਹੈ ਉਹ ਇਨਵੈਲਿਡ ਹੈ। ਦੇਖਿਓ ਮੇਅਰ, ਤੁਸੀਂ ਦੇਖੋ ਮੇਅਰ ਕਿੰਨਾ ਇਨਕੰਪੀਟੈਂਟ ਹੈ ਕਿ ਮੇਅਰ ਇੱਕ ਕਾਗਜ਼ ਨਹੀਂ ਪੜ੍ਹ ਪਾਇਆ ਰੈਗੂਲੇਸ਼ਨ 55 ਦੀ। ਮੈਂ ਤਾਂ ਸੈਕਟਰੀ ਸਾਹਿਬ ਨੂੰ ਕਿਹਾ ਤੁਸੀਂ ਪੜ੍ਹ ਦਿਓ, ਉਹ ਕਹਿੰਦੇ ਨਹੀਂ, ਮੇਅਰ ਸਾਹਿਬ ਕਹਿੰਦੇ ਨਹੀਂ ਪੜ੍ਹਨ ਦੇਣਾ। ਮੈਂ ਕਿਹਾ ਫਿਰ ਤੁਸੀਂ ਪੜ੍ਹ ਦਿਓ, ਜਿਹੜਾ ਮੀਟਿੰਗ ਦਾ ਇੱਕ ਪੇਜ ਹੀ ਨਹੀਂ ਪੜ੍ਹ ਸਕਦਾ ਉਹਨੂੰ ਅਸੀਂ ਮੇਅਰ ਕਾਹਦਾ ਮੰਨੀਏ? ਉਹ ਜਨਤਾ ਦੀ ਭਲਾਈ ਕੀ ਕਰੂਗਾ ਜਿਹੜਾ ਇੱਕ ਰੈਗੂਲੇਸ਼ਨ ਨਹੀਂ ਪੜ੍ਹ ਸਕਦਾ? ਸ਼ਰਮ ਆਉਣੀ ਚਾਹੀਦੀ ਹੈ ਜੇ ਮੇਅਰ ਨੂੰ ਤਾਂ ਆਪਣੇ ਉੱਤੇ। ਜੀ ਅਸੀਂ ਸਾਰੀ ਜ਼ਿੰਦਗੀ ਸੰਘਰਸ਼ ਹੀ ਕਰਨਾ ਸਿੱਖਿਆ, ਸਾਨੂੰ ਇਹ 12 ਬੂਰਾਂ ਤੋਂ ਕੋਈ ਡਰ ਲੱਗਦਾ? ਮੇਰੇ ਖਿਆਲ ਤੋਂ ਪੂਰੇ ਸਾਲ ਦੀ ਮੀਟਿੰਗ ਬਾਹਰ ਕੱਢਦੇ ਅਸੀਂ ਡਰਨ ਵਾਲੇ ਨਹੀਂ, ਤੇ ਇਹਨਾਂ ਦਾ ਪੂਰਾ ਡਟ ਕੇ ਵਿਰੋਧ ਕਰਾਂਗੇ। ਔਰ ਜਿਹੜਾ ਇਹਨਾਂ ਨੇ ਕੱਲ ਪਿਛਲੇ ਹਾਊਸ 'ਚ ਡਿਵੈਲਪਮੈਂਟ ਦੇ ਏਜੰਡੇ ਰੋਕੇ ਹੈ, ਮੈਂ ਤਾਂ ਕਹਿੰਦਾ ਇੱਕ ਵਾਰ ਬੜੈਲ 'ਚ ਆ ਕੇ ਦੇਖੇ ਯਾਰ, ਇਹਨੂੰ ਲੋਕ ਜੇ ਜੁੱਤੀਆਂ ਦਾ ਹਾਰ ਪਾ ਕੇ ਨਾ ਭੇਜੇ ਤਾਂ ਮੇਰਾ ਨਾਮ ਬਦਲ ਦਿਓ, ਲੋਕਾਂ ਨੇ ਡਿਵੈਲਪਮੈਂਟ ਕੰਮ ਰੋਕੇ ਨੇ ਇਹਨਾਂ ਦੇ। ਬਿਲਕੁਲ ਕਈ ਚੀਜ਼ਾਂ ਨੂੰ ਲੈ ਕੇ ਅੱਜ ਜਿਹੜੇ ਕਾਉਂਸਲਰਸ ਨੇ ਉਹਨਾਂ ਵੱਲੋਂ ਕਿ ਜਿਹੜਾ ਇਹਨਾਂ ਦਾ ਝੂਠ ਚੱਲ ਰਿਹਾ, ਜਿਹੜਾ ਇਹਨਾਂ ਨੇ ਝੂਠ ਕਿਹਾ ਹੋਇਆ, ਦਿੱਲੀ 'ਚ ਉਹ ਕਰਤਾ, ਦਿੱਲੀ 'ਚ ਐਂ ਕਰਤਾ, ਮੈਨੂੰ ਲੱਗਦਾ, ਮੈਂ ਸਾਨੂੰ ਅੱਜ ਮੀਡੀਆ ਨੂੰ ਇੱਕ ਵੀਡੀਓ ਦਿਖਾ ਦੇਵਾਂ, ਇਹ ਦਿੱਲੀ ਦਾ ਹਾਲ ਹੈ। ਦੇਖੋ ਜੀ, ਦੇਖੋ ਮੇਰੀ ਮੇਰੀ ਕੌਣ ਕਹਿੰਦਾ ਸੀ? ਦੇਖੋ ਮੇਰੀ ਗੱਲ, ਮੈਂ ਇਹ ਕਹਿ ਰਿਹਾ ਵੀ ਮੇਅਰ ਠੀਕ ਹੈ, ਮੇਅਰ ਦੀ ਅਸੀਂ ਰਿਸਪੈਕਟ ਕਰਦੇ ਹਾਂ, ਸ਼ਹਿਰ ਦਾ ਮੇਅਰ ਹੈ, ਅਸੀਂ ਇੱਜ਼ਤ ਕਰਦੇ ਹਾਂ ਮੇਅਰ ਦੀ, ਪਰ
ਜਿੱਦਾਂ ਦੀ ਉਹ ਹਰਕਤਾਂ ਕਰ ਰਹੇ ਹੋ ਤੁਸੀਂ ਵੀ ਦੇਖ ਰਹੇ ਹੋ, ਪੂਰੀ ਜਨਤਾ ਦੇਖ ਰਹੀ ਹੈ, ਚੰਡੀਗੜ੍ਹ ਦੇ ਸ਼ਹਿਰ ਦੇ ਲੋਕ ਦੇਖ ਰਹੇ ਨੇ ਵੀ ਉਹ ਕਿੱਦਾਂ ਇੱਕ ਪੱਖੀ ਗੱਲ ਕਰ ਰਹੇ ਨੇ। ਪੱਖੀ ਗੱਲ ਕਰਨੀ ਚਾਹੀਦੀ ਹੈ ਪਹਿਲਾਂ, ਮੈਨੂੰ ਤੁਸੀਂ ਇਹ ਦੱਸੋ ਮੇਅਰ ਸਾਰੇ ਸ਼ਹਿਰ ਦਾ, ਸਾਰੇ ਕੌਂਸਲਰਾਂ ਦਾ ਵੀ ਸਿਰਫ ਆਪਣੀ ਪਾਰਟੀ ਦਾ ਹੀ ਮੇਅਰ ਹੈ? ਅਸੀਂ ਚੀਕ ਚੀਕ ਕੇ ਕਹਿ ਰਹੇ ਹਾਂ, ਸਾਡਾ ਗਲ ਬਹਿ ਗਿਆ। ਪਿਛਲੀ ਵਾਰ ਵੀ ਇਹਨਾਂ ਨੇ ਇਹੀ ਕੀਤਾ, ਸਾਡੇ ਮਾਈਕ ਸਾਰੇ ਕੌਂਸਲਰਾਂ ਦੇ ਬੰਦ ਕਰਾਤੇ ਗਏ। ਕਿਉਂ ਜੀ? ਅਸੀਂ ਚੰਡੀਗੜ੍ਹ ਸ਼ਹਿਰ ਦੇ ਨੁਮਿੰਦੇ ਨਹੀਂ, ਸਾਨੂੰ ਨਹੀਂ ਲੋਕਾਂ ਨੇ ਚੁਣ ਕੇ ਭੇਜਿਆ, ਅਸੀਂ ਵੀ ਲੋਕਾਂ ਦੀ ਲੜਾਈ ਲੜਨ ਆਏ ਹਾਂ। ਤੁਹਾਨੂੰ ਨਹੀਂ ਲੱਗਦਾ ਕਿ ਅੱਜ ਵੀ, ਚਲੋ ਜਿਹੜੇ ਏਜੰਡੇ ਆਏ ਡਿਵੈਲਪਮੈਂਟ ਦੀ ਗੱਲ ਹੈ, ਲੇਕਿਨ ਤੁਹਾਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦੀ ਚੀਜ਼ਾਂ ਨੇ ਡਿਵੈਲਪਮੈਂਟ ਤਾਂ ਰੁਕੀ ਰਹੀ ਹੈ, ਸ਼ਹਿਰ ਵਾਸੀਆਂ ਦੀ ਨੁਕਸਾਨ ਜੋ ਹੋ ਰਿਹਾ ਉਹ ਅਲੱਗ ਹੋ ਰਿਹਾ, ਆਪਸੀ ਵਿਵਾਦ 'ਚ ਕੋਈ ਗੱਲ ਹੀ ਨਹੀਂ ਹੋ ਰਹੀ? ਬਿਲਕੁਲ, ਮੀਟਿੰਗ ਤੋਂ ਲੈ ਕੇ ਬਿਲਕੁਲ ਜੀ, ਅਸੀਂ ਇਸ ਗੱਲ ਨਾਲ ਬਿਲਕੁਲ ਸਹਿਮਤ ਹੈ। ਅਸੀਂ ਉਹੀ ਗੱਲ ਮੇਅਰ ਸਾਹਿਬ ਨੂੰ ਸਮਝਾਉਣਾ ਚਾਹ ਰਹੇ ਹਾਂ ਵੀ ਤੁਹਾਡੇ ਬੰਦੇ ਜਿਹੜੇ ਤੁਹਾਡੀ ਪਾਰਟੀ ਦੇ ਲੋਕ ਨੇ ਵਿਵਾਦ ਕਰ ਰਹੇ ਨੇ, ਡਿਵੈਲਪਮੈਂਟ ਦੇ ਜਿਹੜੇ ਏਜੰਡੇ ਨੇ ਇਹ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ, ਕਿਉਂ ਨਹੀਂ ਮੇਅਰ ਸਾਹਿਬ ਮੰਨ ਰਹੇ? ਕਿਉਂ ਨਹੀਂ ਸਾਨੂੰ ਹੀ ਧਮਕਾ ਰਹੇ ਹੈ, ਸਾਨੂੰ ਹੀ ਧਮਕੀਆਂ ਦੇ ਰਹੇ ਹੈ, ਮੈਂ ਵਾਰਨਿੰਗ ਦੇ ਰਿਹਾ, ਲਾਸਟ ਮੈਂ ਇਹ ਕਰ ਰਿਹਾ ਵੀ ਮਤਲਬ ਮੇਅਰ ਸਾਹਿਬ ਕੋਲ ਇੱਕੋ ਹੀ ਮੁੱਦਾ ਰਹਿ ਗਿਆ ਵੀ ਬੀਜੇਪੀ ਵਾਲਿਆਂ ਨੂੰ ਚੱਕੋ, ਇਹ ਜਿਹੜੇ ਸੱਚ ਦੀ ਆਵਾਜ਼ ਚੱਕਦੇ ਆਏ ਹੈ ਇਹਨਾਂ ਦੀ ਆਵਾਜ਼ ਨੂੰ ਦਬਾਓ, ਮਾਰਸਰ ਬੁਲਾਓ ਤਾਂ ਬਾਹਰ ਸਿੱਟ ਦਿਓ। ਕਿਉਂ ਨਹੀਂ ਆਪਣੇ ਲੋਕਾਂ ਨੂੰ ਕਹਿ ਰਹੇ ਮਾਈਕ ਬੰਦ ਕਰਨ ਨੂੰ? ਤੇ ਬਿਲਕੁਲ, ਅੱਜ ਨਗਰ ਨਿਗਮ ਦੀ ਸਪੈਸ਼ਲ ਹਾਊਸ ਮੀਟਿੰਗ ਦੇ ਵਿੱਚ ਵੀ ਹੰਗਾਮਾ ਹੋਇਆ, ਜਿਹਦੇ ਵਿੱਚ ਜਿਹੜੇ ਬੀਜੇਪੀ ਦੇ ਕਾਉਂਸਲਰਸ ਨੇ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ। ਹਾਲਾਂਕਿ ਹੁਣ ਅੱਜ ਸਪੈਸ਼ਲ ਜਿਹੜੇ ਹਾਊਸ ਮੀਟਿੰਗ ਦੇ ਏਜੰਡੇ ਆ ਉਹਦੇ ਵਿੱਚ ਡਿਸਕਸ ਜ਼ਰੂਰ ਹੋ ਰਿਹਾ, ਲੇਕਿਨ ਸਟਾਰਟ ਹੁੰਦੇ ਹੀ ਹੰਗਾਮਾ ਜਿਹੜਾ ਉਹ ਜ਼ਰੂਰ ਵੇਖਣ ਨੂੰ ਮਿਲਿਆ। ਚੰਡੀਗੜ੍ਹ ਤੋਂ ਕੈਮਰਾਮੈਨ ਸੰਦੀਪ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18, ਪੰਜਾਬ।